ਜਦੋਂ ਭਾਨੇ ਸਿੱਧੂ ਦੇ ਖਿਲਾਫ ਹੋਏ ਐਫ ਆਈ ਆਰਸ ਨੂੰ ਲੈ ਕੇ ਵਿਵਾਦ ਭੜਕਿਆ ਆ, ਉਸ ਦਿਨ ਤੋਂ ਹੀ ਵੱਖ ਵੱਖ ਥਾਵਾਂ ਤੋਂ ਭਾਨੇ ਦੇ ਸਪੋਰਟਰਸ ਸਾਹਮਣੇ ਆ ਰਹੇ ਨੇ, ਉਹ ਭਾਵੇਂ ਪੰਜਾਬ ਹੋਵੇ, ਭਾਵੇਂ ਹਰਿਆਣਾ ਹੋਵੇ ਅਤੇ ਭਾਵੇਂ ਵਿਦੇਸ਼ ਹੋਵੇ। ਵਿਦੇਸ਼ਾਂ ਤੋਂ ਵੀ ਭਾਨੇ ਸਿੱਧੂ ਦੀ ਹਮਾਇਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ, ਇੱਥੋਂ ਤੱਕ ਕਿ ਪਾਕਿਸਤਾਨ ਤੋਂ ਵੀ ਭਾਨੇ ਦੇ ਸਪੋਰਟਰਸ ਸਾਹਮਣੇ ਆਉਂਦੇ ਨਜ਼ਰ ਆ ਰਹੇ ਨੇ। ਹੁਣ ਤੱਕ ਭਾਨੇ ਦੇ ਖਿਲਾਫ 4 ਐਫ ਆਈ ਆਰਸ ਹੋ ਚੁੱਕੀਆਂ ਨੇ, ਪਰ ਹੁਣ ਨੈਨਸੀ ਗਰੇਵਾਲ ਭਾਨੇ ਸਿੱਧੂ ਦੇ ਖਿਲਾਫ ਬੋਲੀ ਹੈ। ਨੈਨਸੀ ਗਰੇਵਾਲ ਦੇ ਵੱਲੋਂ ਭਾਨੇ ਸਿੱਧੂ ਦੀ ਸਿੱਧੀ ਖਿਲਾਫਤ ਕੀਤੀ ਗਈ ਆ। ਉਸਨੇ ਕਿਹਾ ਆ ਕਿ ਭਾਨਾ ਸਿੱਧੂ ਲੋਕਾਂ ਦੇ ਪੈਸੇ ਵਾਪਸ ਦਿਵਾਉਣ ਦੇ ਚੱਕਰ ਦੇ ਵਿੱਚ ਲੋਕਾਂ ਦੇ ਕੋਲੋਂ ਪੈਸੇ ਲੈਂਦਾ ਸੀ, ਯਾਨੀ ਕਿ ਉਸਨੇ ਇੱਕ ਡੀਲ ਕੀਤੀ ਹੋਈ ਸੀ ਲੋਕਾਂ ਦੇ ਨਾਲ ਕਿ ਲੋਕਾਂ ਨੂੰ ਉਹ ਟਰੈਵਲ ਏਜੰਟਾਂ ਦੇ ਕੋਲ ਫਸੇ ਪੈਸੇ ਦਵਾਵੇਗਾ ਪਰ ਉਸ ਨੂੰ ਵਿੱਚੋਂ ਕਮਿਸ਼ਨ ਦਿੱਤਾ ਜਾਵੇ। ਇਹ ਇਲਜ਼ਾਮ ਨੈਨਸੀ ਗਰੇਵਾਲ ਲਗਾਉਂਦੀ ਨਜ਼ਰ ਆ ਰਹੀ ਹੈ। ਨਾ ਸਿਰਫ ਭਾਨੇ ਸਿੱਧੂ ਦੇ ਉੱਤੇ ਸਗੋਂ ਲੱਖਾਂ ਸਿਧਾਣਾ ਦੇ ਉੱਤੇ ਵੀ ਨਿਸ਼ਾਨੇ ਨੈਨਸੀ ਗਰੇਵਾਲ ਨੇ ਸਾਧੇ ਨੇ। ਸਾਫ਼ ਤੌਰ 'ਤੇ ਕਿਹਾ ਆ ਕਿ ਲੱਖਾਂ ਸਿਧਾਣਾ ਨੂੰ ਵੀ ਪੁੱਛਿਆ ਜਾਵੇ ਕਿ ਉਸ ਦੀ ਜਿਹੜੀ ਐਡੀ ਵੱਡੀ ਕੋਠੀ ਬਣੀ ਹੈ ਉਹ ਕਿਸ ਤਰ੍ਹਾਂ ਬਣੀ ਹੈ। ਲੱਖਾਂ ਸਿਧਾਣੇ ਦੇ ਅਤੀਤ ਨੂੰ ਨੈਨਸੀ ਗਰੇਵਾਲ ਫਰੋਲਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਗੁਰਪਤਵੰਤ ਪੰਨੂ ਦੇ ਖਿਲਾਫ ਡਟ ਕੇ ਬੋਲਣ ਵਾਲੀ ਨੈਨਸੀ ਗਰੇਵਾਲ ਹੁਣ ਭਾਨਾ ਸਿੱਧੂ ਅਤੇ ਲੱਖਾਂ ਸਿਧਾਣਾ ਦੇ ਉੱਤੇ ਭੜਕਦੀ ਨਜ਼ਰ ਆ ਰਹੀ ਹੈ, ਉਹਨਾਂ ਨੂੰ ਨਿਸ਼ਾਨਾ ਬਣਾਉਂਦੀ ਨਜ਼ਰ ਆ ਰਹੀ ਹੈ, ਖਾਸ ਕਰਕੇ ਉਹਨਾਂ ਦੇ ਸਪੋਰਟਰਸ ਨੂੰ ਨਸੀਹਤ ਦਿੰਦੀ ਨਜ਼ਰ ਆ ਰਹੀ ਹੈ ਨੈਨਸੀ ਗਰੇਵਾਲ। ਉਸਨੇ ਸਾਫ਼ ਤੌਰ ਦੇ ਉੱਤੇ ਨਿਸ਼ਾਨੇ ਸਾਧੇ ਨੇ, ਕਿਹਾ ਕਿ ਭਾਨਾ ਸਿੱਧੂ ਲੋਕਾਂ ਦੇ ਪੈਸੇ ਵਾਪਸ ਦਿਵਾਉਣ ਦਾ ਭਰਮ ਪੈਦਾ ਕਰਕੇ ਲੋਕਾਂ ਤੋਂ ਕਮਿਸ਼ਨ ਲਿਆਂਦਾ ਸੀ, ਮੋਟੀ ਰਕਮ ਲੋਕਾਂ ਦੇ ਕੋਲੋਂ ਵਸੂਲਦਾ ਸੀ, ਨੈਨਸੀ ਗਰੇਵਾਲ ਦਾ ਇਹ ਇਲਜ਼ਾਮ ਹੈਗਾ ਆ। ਔਰ ਉਸਨੇ ਇਹ ਵੀ ਕਿਹਾ ਆ ਕਿ ਭਾਨਾ ਸਿੱਧੂ ਨੂੰ ਕੁੱਟਣ ਦੇ ਇਲਜ਼ਾਮ ਜਿਹੜੇ ਨੇ ਪੁਲਿਸ ਉੱਤੇ ਲਗਾਏ ਜਾ ਰਹੇ ਨੇ, ਪਰ ਇਸ ਬਾਰੇ ਸਬੂਤ ਕਿੱਥੇ ਹੈ ਕਿ ਭਾਨੇ ਸਿੱਧੂ ਨੂੰ ਕੁੱਟਿਆ ਗਿਆ ਆ, ਇਸ ਬਾਰੇ ਜਾਣਕਾਰੀ ਕਿੱਦਾਂ ਸਾਹਮਣੇ ਆ ਰਹੀ ਹੈ ਕਿ ਭਾਨਾ ਸਿੱਧੂ ਜੇਲ੍ਹ ਅੰਦਰ ਕੁੱਟਿਆ ਗਿਆ ਆ, ਇਸ ਬਾਰੇ ਵੀ ਕੋਈ ਸਬੂਤ ਨਹੀਂ ਹੈਗਾ ਕਿ ਭਾਨੇ ਨੂੰ ਕੁੱਟਿਆ ਗਿਆ, ਇਸ ਵਾਸਤੇ ਇਸ ਤਰ੍ਹਾਂ ਦੀ ਗੱਲਾਂ ਨਾ ਫੈਲਾਈਆਂ ਜਾਣ, ਇਹ ਵੀ ਨਸੀਹਤ ਨੈਨਸੀ ਗਰੇਵਾਲ ਦਿੰਦੀ ਨਜ਼ਰ ਆ ਰਹੀ ਹੈ। ਆਖਿਰਕਾਰ ਆਪਣੇ ਇਹਨਾਂ ਬਿਆਨਾਂ ਦੇ ਵਿੱਚ ਨੈਨਸੀ ਗਰੇਵਾਲ ਕੀ ਕੁਝ ਬੋਲੀ ਹੈ, ਆਓ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਗੱਲ ਕਰਦੇ ਹਾਂ ਭਾਨੇ ਕਾਣੇ ਸਿੱਧੂ ਦੀ। ਕਾਣਾ ਮੈਂ ਉਹਨੂੰ ਤਾਂ ਕਹਿੰਦੀ ਹਾਂ ਕਿ ਮੈਂ ਜਿੰਨੀਆਂ ਵੀ ਪਿਕਚਰਸ ਦੇਖੀਆਂ ਆਈ ਆ ਉਹਦਾ ਮੂੰਹ ਇੱਕ ਅੱਖ ਤਾਂ ਹੈ ਅਤੇ ਇੱਕ ਆਏ ਪੂਰਾ, ਮਤਲਬ ਜਿਹੜਾ ਚਿਹਰਾ ਨਾ ਉਹਦੇ ਉੱਪਰ ਕੋਈ ਮਾਸੂਮੀਅਤ ਹੈ ਨਹੀਂ, ਕੋਈ ਡੀਸੈਂਟ ਲੁੱਕ ਨਹੀਂ ਹੈ, ਬਿਲਕੁਲ ਵਾਹੀਅਤ ਗੁੰਡਾਗਰਦੀ ਅਤੇ ਬਦਮਾਸ਼ੀ ਦੀ ਛਾਪ ਉਹਦੇ ਬੂਥੇ 'ਤੇ ਲੱਗੀ ਹੈ। ਲੱਖਾਂ ਸਿਧਾਣੇ ਨੇ ਇੱਕ ਬਿਆਨ ਦਿੱਤਾ, ਕਹਿੰਦਾ ਕਿ ਕੁੱਟਿਆ ਭਾਨੇ ਨੂੰ ਬਹੁਤ, ਅਤੇ ਜਿਹੜਾ ਸੀਐਮ ਹੈ ਪੰਜਾਬ ਦੇ ਭਗਵੰਤ ਮਾਨ ਜੀ, ਉਹਨਾਂ ਨੇ ਵੀਡੀਓ ਕਾਲ ਕੀਤੀ ਹੈ ਜੀ ਪੁਲਿਸ ਵਾਲਿਆਂ ਨੂੰ, ਦਿਖਾਓ ਜੀ ਮੈਨੂੰ ਕਿ ਮੈਂ ਕੁੱਟ ਰਿਹਾ, ਮੈਨੂੰ ਦਿਖਾਓ। ਬੜੇ ਲੋਕਾਂ ਨੇ ਇਸ 'ਚ ਕਿਹਾ ਵੀ ਭਗਵੰਤ ਮਾਨ ਨੇ ਚੰਗਾ ਨਹੀਂ ਕੀਤਾ ਜੀ, ਭਗਵੰਤ ਨੇ, ਤੁਸੀਂ ਦੇਖੀਏ ਤੁਹਾਡੇ ਕੋਲ ਸਬੂਤ ਹੈ ਕਿ ਭਗਵੰਤ ਮਾਨ ਨੇ ਵੀਡੀਓ ਕਾਲਿੰਗ ਕੀਤੀ ਹੈ, ਉਹ ਬੰਦਾ ਸੀਐਮ ਹੈ ਪੰਜਾਬ ਦਾ, ਉਹ ਇਹ ਜੀ ਲੱਲੂ ਪੰਜਾ ਨੂੰ ਦੇਖੋ ਵੀ ਦੱਸੋ ਜੀ ਕਿਵੇਂ ਕੁੱਟਦੇ ਹੋ, ਦਿਖਾਓ ਜੀ ਮੈਨੂੰ। ਸੋ ਲੱਖਾਂ ਸਿਧਾਣਾ ਬਹੁਤ ਹੀ ਗਲਤ ਬਲੇਮ ਲਾ ਰਿਹਾ ਆਪਣੇ ਮਨ ਕਰਨ ਸਟੋਰੀਆਂ, ਕੋਈ ਪ੍ਰੂਫ ਨਹੀਂ ਉਹਨਾਂ ਕੋਲ ਵੀਡੀਓ ਕਾਲਿੰਗ ਦਾ, ਉਹ ਬੋਲ ਰਿਹਾ ਤੁਸੀਂ ਭੋਲੀ ਭਾਲੀ ਮਾਸੂਮ ਜਨਤਾ ਉੱਤੇ ਟਰੱਸਟ ਕਰ ਰਹੇ ਹੋ। ਦੂਜੀ ਗੱਲ, ਜਦੋਂ ਆਪਣੇ ਘਰ ਦੇ ਵਿੱਚ ਕਚਹਿਰੀਆਂ ਲਾਉਣ ਲੱਗ ਗਏ, ਲੋਕਾਂ ਨੂੰ ਬੁਲਾਉਣ ਲੱਗ ਗਏ ਜੀ ਪੈਸੇ ਦਿਵਾਉਣੇ ਆ, ਇਹ ਪੈਸੇ ਦਿਵਾਉਣ ਵਾਲਾ ਹੀ ਕੰਮ ਕਿਉਂ ਮਿਲਿਆ ਇਹਨਾਂ ਨੂੰ? ਪੁਆਇੰਟ ਵੀ ਨੋਟਡ, ਪੈਸੇ ਦਿਵਾਉਣ ਵਾਲਾ ਹੀ ਧੰਦਾ ਕਿਉਂ ਉਪਯੋਗ ਕੀਤਾ ਗਿਆ? ਪੰਜਾਬ ਦੇ ਵਿੱਚ ਹੋਰ ਕੋਈ ਕੰਮ ਹੈ ਨਹੀਂ, ਬਹੁਤ ਕੰਮ ਆ ਪੰਜਾਬ 'ਚ ਕਰਨ ਵਾਲੇ, ਸਿਰਫ ਲੋਕਾਂ ਦੇ ਪੈਸੇ ਦਿਵਾਉਣੇ ਆ, ਕਿਉਂਕਿ ਅੰਦਰੋਂ ਵਿੱਚੋਂ ਗੱਲ ਤਾਂ ਹੈ ਕਿ ਪੈਸੇ ਦਿਵਾਵਾਂਗੇ ਤਾਂ ਕਮਿਸ਼ਨ ਲਾਵਾਂਗੇ, ਇਹਨਾਂ ਨਾਲ ਇਹਨਾਂ ਦਾ ਰੋਜ਼ਗਾਰ ਚੱਲਦਾ। ਹੁਣ ਜਿਹੜਾ ਭਾਨਾ ਸਿੱਧੂ ਲਾ ਲਓ, ਲੱਖਾਂ ਸਿਧਾਣਾ ਲਾ ਲਓ, ਇਹ ਲੋਕਾਂ ਦੀ ਸੋਚ ਆ ਵੀ ਅਸੀਂ ਪਬਲਿਕ ਨੂੰ ਪਹਿਲੇ ਆਪਣੇ ਮਗਰ ਲਾਵਾਂਗੇ, ਇੱਦਾਂ ਦੇ ਕੰਮ ਕਰੇ। ਪਬਲਿਕ ਤਾਂ ਸਾਡੀ ਹੈ ਹੀ ਪਹਿਲੇ ਭੋਲੀ, ਜੇ ਸਾਡੇ ਲੋਕ ਇੰਨੇ ਭੋਲੇ ਨਾ ਹੁੰਦੇ ਤਾਂ ਸਰਸੇ ਵਰਗੇ ਰਾਮ ਰਹੀਮ ਬਾਬੇ ਪੈਦਾ ਹੁੰਦੇ?
ਸੋ ਬਾਅਦ ਚ ਇਹਨਾਂ ਨੇ ਕੀ ਕਰਨਾ ਵੀ ਲੈ ਹੁਣ ਕਿਸੇ ਪਾਰਟੀ ਨਾਲ ਕੇ ਸੀਟ ਲੈ ਲਈਏ, ਐਮ ਪੀ ਐਮ ਐਲ ਏ ਬਣ ਜਾਈਏ ਅਸੀਂ, ਕਿਤੇ ਕੱਲ ਨੂੰ ਸ਼ਾਇਦ ਫਿਊਚਰ ਚ ਅਸੀਂ ਵੀ ਸੀ ਐਮ ਬਣ ਜਾਂਗੇ। ਜਿਨ੍ਹਾਂ ਲੋਕਾਂ ਨੇ ਗੁੰਡਾਗਰਦੀ ਬਦਮਾਸ਼ੀ ਕਰਕੇ ਆਪਣੇ ਘਰ ਤੋਰੇ ਹੋਣ, ਰੋਟੀ ਪਾਣੀ ਛਕੀ ਹੋਵੇ, ਫੁਲਕੇ ਜਿਨ੍ਹਾਂ ਦੇ ਬਦਮਾਸ਼ੀਆਂ ਤੇ ਚੱਲੇ ਹੋਣ, ਇਦਾਂ ਦੇ ਬੰਦੇ ਨੂੰ ਆਪਣੇ ਤੋਂ ਸਿਰ ਦਾ ਤਾਜ ਬਣਾ ਲਓਗੇ? ਸਹੀ ਗੱਲ ਅੱਖੇ ਸਧਾਣੇ ਦੀ, ਗੈਂਗਸਟਰ ਸੀ ਇਹ ਪਹਿਲੇ, ਠੀਕ ਹੈ, ਅੱਜ ਵੱਡੀਆਂ ਵੱਡੀਆਂ ਗੱਲਾਂ ਕਰਦਾ। ਇਹਨੂੰ ਪੁੱਛੋ ਵੀ ਜਿਹੜੀ ਏਡਾ ਮਹਿਲ ਵਰਗੀ ਕੋਠੀ ਪਾ ਕੇ ਬੈਠੇ ਦਾ ਹਿਸਾਬ ਦੇਗਾ? ਜਿਹਦੇ ਕੋਲ ਜ਼ਮੀਨ ਹੈ, ਕਿੰਨੀ ਫੈਮਿਲੀ ਪਿੱਛੋਂ ਆਈ ਹੈ, ਕਿੰਨੀ ਨੇ ਗੈਂਗਸਟਰ ਦੇ ਵਿੱਚੋਂ ਬਣਾਈ ਹੈ, ਉਹਦਾ ਹਿਸਾਬ ਦੇਗਾ? ਅੱਜ ਇਹ ਦੁੱਧ ਦੇ ਧੁਲੇ ਤੇ ਸ਼ਰੀਫ ਬੰਦੇ ਸਮਾਜ ਨੂੰ ਦਿਖਾ ਰਹੇ ਵੀ ਅਸੀਂ ਤਾਂ ਬੜੇ ਸ਼ਰੀਫ ਆ ਜੀ, ਬਹੁਤ ਲੱਖਾ ਸਧਾਣਾ ਪੂਰਾ ਜ਼ੋਰ ਲਾ ਰਿਹਾ ਜੀ, ਭਾਨੇ ਨੂੰ ਕੁੱਟਤਾ, ਬੁਖਾਰ ਹੋ ਗਿਆ, ਭਾਨੇ ਨੂੰ ਆਏਗਾ। ਹੁਣ ਕਹਿੰਦੇ ਜੀ ਭਾਨਾ ਸਿੱਧੂ ਦੀ ਬੇਲ ਹੋ ਗਈ ਸੀ, ਪਰ ਨੈਕਸਟ ਡੇ ਉੱਤੇ ਚਾਰਜ ਲੱਗ ਗਿਆ ਚੈਨ ਸਨੈਚਿੰਗ ਦਾ। ਕਹਿੰਦੇ ਆ ਜੀ ਭਾਨਾ ਸਿੱਧੂ ਦੇ, ਮੈਂ ਵਕੀਲ ਦੀ ਵੀ ਇੰਟਰਵਿਊ ਸੁਣੀ ਹੈ ਵੀ ਜੀ ਡੁਪਲੀਕੇਟ ਐਫ ਆਈ ਆਰ ਸੀ, ਠੀਕ ਹੈ, ਹੁਣ ਚੈਨ ਸਨੈਚਿੰਗ ਦਾ ਵੀ ਉਹਦੇ ਉੱਤੇ ਪਾਤਾ, ਮੈਨੂੰ ਚੈਨ ਸਨੈਚਿੰਗ ਦਾ ਕੋਈ ਪੁਰਾਣਾ ਕੇਸ ਸੀ ਉਹ ਵੀ ਆ ਗਿਆ ਸਾਹਮਣੇ। ਦੇਖੋ ਮੈਂ ਇਹ ਨਹੀਂ ਕਹਿੰਦੀ, ਮੈਂ ਵੀ ਕੋਈ ਡਾਕੂਮੈਂਟਸ ਨਹੀਂ ਦੇਖੇ, ਮੈਂ ਇਹ ਨਹੀਂ ਕਹਿੰਦੀ ਵੀ ਮੈਂ ਵੀ ਦੇਖਿਆ ਹਾਂ ਉਹਨੇ ਚੈਨ ਸਨੈਚਿੰਗ ਕੀਤੀ ਆ ਜਾਂ ਹਾਂ ਉਹਨੇ ਰਿਸ਼ਵਤ ਮੰਗੀ ਆ, ਨਹੀਂ ਮੇਰੇ ਕੋਲ ਵੀ ਕੋਈ ਸਬੂਤ ਨਹੀਂ ਆ, ਮੈਂ ਵੀ ਤੁਹਾਡੇ ਵਰਗੀ ਆਮ ਜਨਤਾ ਹੈ। ਪਰ ਪੁਆਇੰਟਸ ਆ ਮੇਰੇ ਕੋਲ ਕੁਛ, ਉਹ ਇਹ ਕਿ ਤੁਸੀਂ ਕਾਨੂੰਨ ਨੂੰ ਹੱਥ ਲੈ ਕੇ ਪਹਿਲੇ ਇੱਦਾਂ ਦੇ ਕੰਮ ਕਰਦੇ ਕਿਉਂ ਕਿ ਬਾਅਦ ਚ ਕਾਨੂੰਨ ਤੁਹਾਡੇ ਉੱਪਰ ਕੁਛ ਝੂਠੇ ਐਲੀਗੇਸ਼ਨ ਲਾ ਕੇ ਤੁਹਾਡੇ ਛਿੱਤਰ ਪਰੇਡ ਕਰੇ? ਮੰਨ ਲਿਆ ਜੀ ਪਹਿਲਾਂ ਵੀ ਝੂਠਾ ਹੋਣਾ, ਚੈਨ ਸਨੈਚਿੰਗ ਵੀ ਝੂਠੀ ਹੋਣੀ ਆ, ਪਰ ਛਿੱਤਰ ਪਰੇਡ ਤਾਂ ਹੋ ਰਹੀ ਹੈ ਨਾ। ਹੁਣ ਜੇ ਛਿੱਤਰ ਪਰੇਡ ਹੋ ਰਹੀ ਹੈ ਉਹਦਾ ਵੀ ਸਾਡੇ ਕੋਲ ਸਬੂਤ ਨਹੀਂ ਕਿ ਤੁਹਾਡੇ ਕੋਲ ਕਿਸੇ ਕੋਲ ਵੀ, ਜਾਂ ਮੈਂ ਕਹਦਾ ਵੀ ਭਾਨੇ ਨੂੰ ਬੜਾ ਕੁੱਟਿਆ ਜਦੋਂ ਠੰਡਾ ਪਾਣੀ ਪਾ ਕੇ ਬੁਖਾਰ ਚੜਾਤਾ, ਮੈਂ ਤਾਂ ਦੇਖਿਆ ਹੀ ਨਹੀਂ, ਜਦ ਮੈਂ ਪੁਲਿਸ ਨੂੰ ਭਾਨੇ ਨੂੰ ਕੁੱਟਦੇ ਹੀ ਨਹੀਂ ਦੇਖਿਆ ਤੇ ਮੈਂ ਕਿੱਦਾਂ ਇਹ ਬਿਆਨ ਕਹਿਦਾ ਭਾਨੇ ਨੂੰ ਕੁੱਟ ਪਈ ਆ? ਗੱਲ ਹੱਕ ਤੇ ਸੱਚ ਦੀ ਕਰੂੰਗੀ, ਪਰ ਲੱਖਾ ਸਧਾਣਾ ਕੁਛ ਗੱਲਾਂ ਝੂਠੀਆਂ ਫੈਲਾ ਰਿਹਾ ਕਿ ਸੀਐਮ ਦਾ ਫੋਨ ਗਿਆ ਨਾ, ਇਹ ਗੱਲ ਬਿਲਕੁਲ 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 ਗਲਤ ਹੈ। ਤੁਸੀਂ ਘਰਾਂ ਚ ਕਚਹਿਰੀਆਂ ਲਾਓਗੇ, ਪੈਸੇ ਕਿਸੇ ਦੇ ਫਸੇ ਆ, ਮਰੇ ਆ, ਕਿਸੇ ਏਜੰਟ ਨੇ ਧੋਖਾ ਕੀਤਾ ਤਾਂ ਪੁਲਿਸ ਕਾਹਦੇ ਵਾਸਤੇ ਆ, ਕੋਰਟ ਕਚਹਿਰੀਆਂ ਕਾਹਦੇ ਵਾਸਤੇ ਆ? ਜੇ ਅੱਜ ਇਹਨਾਂ ਵਰਗੇ ਬੰਦੇ ਜਾਂ ਮੇਰੇ ਵਰਗੇ ਬੰਦੇ ਜਾਂ ਹੋਰ ਖੜੇ ਹੋ ਜਾਣ ਕਿ ਅਸੀਂ ਕਰਦੇ ਹਾਂ ਜੀ ਆਹ ਕੰਮ, ਅਸੀਂ ਆਪਣੇ ਹੱਥ ਚ ਲੈਂਦੇ ਹਾਂ, ਮੈਂ ਬਦਮਾਸ਼ੀ ਧਮਕੀ ਦੇ ਦਮ ਤੇ ਮੈਂ ਦਵਾਨਾ ਜੀ ਪੈਸੇ, ਇਹ ਤਾਂ ਕਾਨੂੰਨ ਨੂੰ ਹੱਥ ਚ, ਜੇ ਸਿਆਣੇ ਬਣੋ ਕਾਨੂੰਨ ਨੂੰ ਹੱਥ ਚ ਲੈਣ ਵਾਲੀ ਗੱਲ ਹੋ ਗਈ ਆ, ਸਿਆਣੇ ਸਿਆਣੇ ਬਣ ਕੇ ਸੋਚੋ। ਤੇ ਜਦੋਂ ਆਪਾਂ ਕਾਨੂੰਨ ਨੂੰ ਹੱਥ ਚ ਲਵਾਂਗੇ ਅਫਕੋਰਸ ਸਾਡੀ ਛਿੱਤਰ ਪਰੇਡ ਤਾਂ ਹੋਏਗੀ। ਤੁਸੀਂ ਬੜੇ ਕੰਮ ਹੈ ਹੋਰ ਪੰਜਾਬ ਦੇ ਵਿੱਚ ਕਰਨ ਵਾਲੇ, ਤੁਸੀਂ ਉੱਦਾਂ ਦੇ ਕੰਮ ਕਿਉਂ ਨਹੀਂ ਕਰਦੇ? ਤੁਸੀਂ ਪੈਸਿਆਂ ਵਾਲੇ ਕੰਮ ਨੂੰ ਕਿਉਂ ਭੱਜਦੇ ਹੋ? ਕਿਉਂਕਿ ਉਹਨੂੰ ਕਮਿਸ਼ਨ ਮਿਲਦਾ ਤੁਹਾਨੂੰ ਕੰਮਾਂ ਦੇ ਵਿੱਚੋਂ। ਭੋਲੀ ਭਾਲੀ ਗਰੀਬ ਮਾਸੂਮ ਜਨਤਾ ਹੈ ਤੁਸੀਂ, ਉਹ ਤਾਂ ਪਹਿਲੇ ਵਕਤ ਦੇ ਮਾਰੇ ਆ ਕੁਛ ਗਰੀਬ ਲੋਕ, ਤੁਸੀਂ ਉਹਨਾਂ ਨੂੰ ਹੋਰ ਮਾਰੀ ਜਾਂਦੇ ਹੋ। ਸੋ ਭਲਾ ਗੁੰਡਾਗਰਦੀ ਬਦਮਾਸ਼ੀ ਧੱਕੇ ਨਾਲ ਵੀ ਕੋਈ ਪੈਸੇ ਕਢਾ ਸਕਿਆ ਕਿਸੇ ਤੋਂ? ਤੁਸੀਂ ਆਪ ਸੋਚੋ, ਉਹ ਮੰਗੂ ਮੱਠ ਗਿਆ ਸੀ ਨਾ ਕੁੱਲੜ ਪੀਜੇ ਵਾਲਿਆਂ ਦੇ, ਕਿੱਦਾਂ ਧਮਕੀਆਂ ਦਿੰਦਾ ਸੀ ਕਿ 50,000 ਰੁਪਏ ਰੱਖ ਤੇ ਮੈਂ ਸਾਰਾ ਮਾਮਲਾ ਰਫਾ ਦਫਾ ਕਰ ਦੂੰ, ਅਗਲੇ ਨੇ ਸੀਸੀਟੀਵੀ ਚ ਫੜਿਆ, ਸਾਰੀ ਰਿਕਾਰਡਿੰਗ ਲੀਕ ਕੀਤੀ। ਅੱਜ ਕਿੱਥੇ ਮੰਗੂ ਮੱਠ? ਬਿਹਾਈਂਡ ਦ ਬਾਰ। ਕਿਉਂ ਇੱਕ ਮਾਸੂਮ ਜੇ ਬੱਚੇ ਦਾ ਕਤਲ ਕਰਤਾ ਸਿਰਫ ਪਬਲਿਸਿਟੀ ਸਟੰਟ ਲੈਣ ਵਾਸਤੇ, ਬਲਕਿ ਉਹ ਬੱਚੇ ਨੇ ਬੇਅਦਬੀ ਕੀਤੀ ਵੀ ਨਹੀਂ ਸੀ, ਉਹ ਥੋੜਾ ਮੈਂਟਲੀ ਤੌਰ ਤੇ ਵੀ ਬੱਚਾ ਸਟੇਬਲ ਨਹੀਂ ਸੀ, ਤੇ ਕਿੰਨੀ ਮਾੜੀ ਗੱਲ ਆ ਸਾਡੇ ਸਮਾਜ ਵਾਸਤੇ। ਅਸੀਂ ਫਿਰ ਰੋਲਾ ਪਾਉਂਦੇ ਹਾਂ ਉਹ ਫਲਾਨਾ ਬਾਬਾ ਸਰਸੇ ਵਾਲਾ ਉੱਥੇ ਡੇਰਾ ਬਣਾ ਰਿਹਾ ਜੀ, ਬਣਾਉਣ ਨਹੀਂ ਦੇਣਾ ਜੀ, ਉਹ ਫਲਾਨਾ ਦੂਜਾ, ਇੱਕ ਕੋਈ ਹਰਜੀਤ ਸਿੰਘ ਬਾਬਾ ਉੱਠਿਆ ਉਹਦੇ ਤੇ ਵੀ ਰੇਪ ਰੂਪ ਦਾ ਕੇਸ ਚੱਲ ਰਿਹਾ ਹਰਜੀਤ ਸਿੰਘ ਤੇ, ਉਹ ਵੀ ਇੱਥੇ ਦਮਾਲਾ ਜਿਹਾ ਬੰਨ ਕੇ ਇੱਥੇ ਮੂਹਰੇ ਖੰਡਾ ਲਾ ਲੈਂਦਾ, ਟਿੱਕੇ ਲਾ ਲੈਂਦਾ,
ਉਹ ਬੰਦੇ ਦਾ ਜਦੋਂ ਗੌਰ ਨਾਲ ਤੁਸੀਂ ਚਿਹਰਾ ਦੇਖੋਗੇ ਨਾ, ਉਹ ਤਾਂ ਚਿਹਰੇ ਤੇ ਉੱਤੇ ਲਿਖਿਆ ਹਰਜੀਤ ਸਿੰਘ ਉਹਦੇ ਬਾਬੇ ਦੇ ਵੀ ਮੈਂ ਤਾਂ ਹੈ ਹੀ ਸਿਰੇ ਦਾ ਦਗੜ ਦੱਲਾ। ਉਹ ਸਿਰੇ ਦਾ ਦਗੜ ਦੱਲਾ ਬੰਦਾ। ਗਲਤੀ ਇਹ ਤੇ ਬਾਬਿਆਂ ਨੂੰ ਬਣਾਉਂਦਾ ਕੌਣ ਆ, ਕਦੀ ਜੜ ਫੜਿਆ ਕਰੋ, ਹੁਲਾਲਾ ਨਾ ਕਰਿਆ ਕਰੋ, ਜੜ ਫੜਿਆ ਕਰੋ। ਇਹ ਜੇ ਬਾਬਿਆਂ ਨੂੰ ਬਣਾਉਂਦੀਆਂ ਸਾਡੀਆਂ ਬੀਬੀਆਂ, ਜਦੋਂ ਝੋਲਾ ਚੱਕਦੀਆਂ ਪਿੰਡਾਂ ਤੋਂ ਬੱਸ ਤੇ ਫੜਦੀਆਂ, ਬਾਬਿਆਂ ਪੁੱਛਣ ਵਾਲੇ ਆਏ ਜੀ, ਕੋਈ ਤਬੀਤ ਬਾਤ ਕਰਾ ਲਏ ਜੀ, ਕਿਤੇ ਨੌਂ ਦੇ ਬੱਸ 'ਚ ਮੁੰਡਾ ਨਾ ਹੋ ਜਾਵੇ, ਮੁੰਡਾ ਮੇਰੇ ਬੱਸ 'ਚ ਰਹੇ, ਮੇਰਾ ਬੰਦਾ ਮੇਰੇ ਬੱਸ 'ਚ ਰਹੇ। ਮਤਲਬ ਇਹ ਬੱਸ ਵਸਾਉਣ ਦੇ ਚੱਕਰ ਦੇ ਵਿੱਚ ਫਿਰ ਇਹ ਬੀਬੀ 10 ਘਰੇ ਜਾ ਕੇ ਕਹੂਗੀ ਮੈਂ ਤਾਂ ਅੜ ਕੇ ਫਲਾਨੇ ਬਾਬੇ ਕੋਲ ਗਈ ਸੀ, ਕੁੜੇ ਐਸਾ ਤਵੀਤ ਕਰਕੇ ਦਿੱਤਾ ਨੀ, ਮੇਰਾ ਤਾਂ ਪੁੱਤ ਮੇਰੀ ਮੁੱਠ 'ਚ ਆ ਗਿਆ। ਉਹ ਬੀਬੀ ਸੁਣੀ, ਅੱਛਾ ਚੱਲ ਵੀ, ਉਹ ਵੀ ਝੋਲਾ ਚੱਕ ਕੇ ਉਧਰ ਨੂੰ। ਸੋ ਇਹ ਜੇ ਢੋਂਗੀ ਪਠੰਗੀ ਬਾਬਿਆਂ ਨੂੰ ਅਸੀਂ ਬਣਾਉਂਦੇ ਹਾਂ। ਬੀਬੀਆਂ ਸਾਡੀਆਂ ਪੁਰਾਣੀਆਂ ਅਨਐਜੂਕੇਟਡ ਨੇ, ਅੱਜ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਬਹੁਤ ਰੇਅਰ ਦਿਖਣੀਆਂ ਤੁਹਾਨੂੰ ਇਹ ਜਿਹੇ ਡੇਰਿਆਂ ਤੇ। ਸੋ ਜੇ ਭਾਨੇ ਸਿੱਧੂ ਤੇ ਲੱਖੇ ਸਿਧਾਣੇ ਸੁਧਾਰ ਕਰਨਾ ਨਾ ਪੰਜਾਬ ਦਾ, ਜਿਹੜੇ ਮੀਆਂ ਸੁਲੇਮਾਨੀ, ਮੀਆਂ ਬੰਗਾਲੀ ਜੀ, ਮੀਆਂ ਸ਼ੀਆਂ, ਬੱਸਾਂ ਸਟੈਂਡਾਂ ਤੇ ਬੱਸ ਸਟੈਂਡ ਤੇ ਬੋਰਡ ਲੱਗੇ ਹੁੰਦੇ ਆ, ਲੱਖੇ ਸਿਧਾਣੇ ਨੂੰ ਤੇ ਭਾਨੇ ਨੂੰ ਮੈਂ ਤਾਂ ਮੰਨਾ, ਲਾ ਦੇਣ ਸਾਰੇ ਬੋਰਡ, ਭਜਾ ਦੇਣੇ ਸਾਰੇ ਬੰਗਾਲੀ ਤੰਤਰਕਾਂ ਨੂੰ, ਪੰਜਾਬ ਚ ਕੱਢੋ ਗਾਂਧੀ ਤੰਤਰਕਾਂ ਦਾ, ਭਜਾਉਣੇ ਸਾਰੇ ਜਿਹੜੇ ਗੰਦੇ ਡੇਰੇ ਵਾਲੇ ਰੇਪੀਅਸਟ ਹੈ ਪੰਜਾਬ ਚ, ਜਿੱਥੇ ਵੀ ਪਤਾ ਲੱਗਦਾ ਵੀ ਆਹ ਬੰਦੇ ਨੇ ਉਹ ਬੁੜੀ ਨੇ ਰੇਪ ਕੀਤਾ, ਛਿੱਤਰ ਪਰੇਡ ਮਾਰੋ ਤੇ ਕੱਢੋ ਪੰਜਾਬ ਤੋਂ ਬਾਹਰ। ਕਰ ਸਕਦਾ ਲੱਖਾਂ ਸਿਧਾਣਾ ਤੇ ਭਾਨਾ ਸਿੱਧੂ ਹੁੰਦੇ ਦੇਖ? ਨਾ ਨਾ ਨਾ, ਕਿਉਂਕਿ ਰੇਪੀਅਸ ਨੇ ਫਿਰ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਦੇਣਾ ਵੀ ਛੱਡੋ ਯਾਰ, ਮੈਂ ਤੁਹਾਨੂੰ 2-3 ਲੱਖ ਦਿੰਦਾ, ਤੁਸੀਂ ਮਾਮਲਾ ਦਫ਼ਾ ਕਰੋ। ਇਹਨਾਂ ਨੇ ਉੱਥੇ ਵੀ ਗੋਝੀ ਗਰਮ ਕਰਕੇ ਘਰ ਨੂੰ ਮੁੜੇ ਆਉਣੀ ਆ। ਮਤਲਬ ਤੁਸੀਂ ਪੁੱਠੇ ਕੰਮ ਕਰ ਰਹੇ ਹੋ, ਤੁਸੀਂ ਸਹੀ ਤਰੀਕੇ ਨਾਲ ਜੇ ਪੰਜਾਬ ਚ ਕੰਮ ਕਰੋਗੇ ਨਾ, ਸਾਡੇ ਵਰਗੇ ਲੋਕ ਵੀ ਤੁਹਾਨੂੰ ਸ਼ਾਬਾਸ਼ੀ ਦੇਣਗੇ ਤੇ ਤੁਹਾਡੇ ਨਾਲ ਸਟੈਂਡ ਕਰਨਗੇ। ਪਰ ਜ਼ੋਰ ਜ਼ਬਰਦਸਤੀ ਭਾਨੇ ਦੀ ਵੀਡੀਓ ਮੈਂ ਸੁਣੀ, ਉਹਦੀ ਵਾਇਰਲ ਹੋਈ ਸੀ, ਜਿਹੜੇ ਏਜੰਟ ਨੂੰ ਗੰਦੀਆਂ ਗਾਲਾਂ ਕੱਢ ਰਿਹਾ, ਇਹ ਉਹਦਾ ਬੋਲਣ ਦਾ ਤਰੀਕਾ? ਜਦੋਂ ਦੇਖੋ ਨਾ ਕਾਣੇ ਨੂੰ ਫੋਟੋ ਚ ਆਏ ਹੋਊਗਾ, ਇਹ ਕੋਈ ਤਰੀਕਾ ਹੈ? ਮਤਲਬ ਬਦਮਾਸ਼ੀ ਦਿਖਾਉਣਾ, ਜਣਾ ਖੜੇ ਨੂੰ ਆਇਆ ਕਰ ਦੋ, ਦੈਟਸ ਰੋਂਗ। ਸੋ ਪੰਜਾਬ ਚ ਜਿਹੜੀ ਗੁੰਡਾਗਰਦੀ ਬਦਮਾਸ਼ੀ ਪਹਿਲੇ ਸੀ, ਇਹ ਤਾਂ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਖਤਮ ਕਰਨੀ ਹੈ ਜੀ, ਹੌਲੀ ਹੌਲੀ, ਤਾਂ ਕਿ ਪੰਜਾਬ ਚ ਲੋਕੀ ਸਕੂਨ ਨਾਲ ਰਹਿ ਸਕਣ, ਉਹਨਾਂ ਦੇ ਸਿਰ ਤੇ ਇਹ ਨਾ ਤਲਵਾਰ ਹੋਵੇ ਵੀ ਉਹ ਫਲਾਨਾ ਗੁੰਡਾ ਯਾਰ, ਉਹ ਆਜੂਗਾ ਯਾਰ, ਉਹ ਧੱਕੇ ਨਾਲ ਮੇਰੇ ਤੋਂ ਪੈਸਾ ਨਹੀਂ ਲੈ ਜੇ। ਕਿਸੇ ਦੇ ਘਰ ਜਾ ਕੇ ਤੁਸੀਂ ਕਿਸੇ ਦੇ ਘਰ ਜਾ ਕੇ ਉੱਥੇ ਧਰਨੇ ਲਾਓ, ਉਹਨੂੰ ਥਰੈਟਿੰਗ, ਉਹਨੂੰ ਟ੍ਰੈਸਪਾਸਿੰਗ ਕਹਿੰਦੇ ਆ ਕੈਨੇਡਾ ਦੇ ਵਿੱਚ। ਤੁਸੀਂ ਇੱਥੇ ਜਨਾਬ ਜੀ ਕਿਸੇ ਦੇ ਡਰਾਈਵ ਤੇ ਖੜ ਕੇ ਦੇਖੋ, ਧਰਨਾ ਲਾ ਕੇ ਦੇਖੋ, ਉਹਨੂੰ ਬੋਲ ਕੇ ਦੇਖੋ, ਤੁਹਾਨੂੰ ਇੱਥੋਂ ਵੀ ਪੁਲਿਸ ਐਵੇਂ ਚੱਕ ਕੇ ਲੈ ਕੇ ਜਾਊਗੀ ਤੇ ਅੰਦਰ ਤਾੜੂਗੀ, ਮੁੜ ਕੇ ਕੋਰਟ ਦਰ ਤੇ ਕੇਸ ਚੱਲਣਾ। ਸੋ ਸੇਮ ਉਹਨਾਂ ਨੇ ਉਹੀ ਕੀਤਾ ਜੋ ਕੈਨੇਡਾ ਅਮਰੀਕਾ ਬਾਹਰ ਦੀਆਂ ਪੁਲਿਸ ਕਰਦੇ ਆ। ਤੁਸੀਂ ਕਿਸੇ ਗੇਟ ਦੇ ਮੂਹਰੇ ਜਾ ਕੇ, ਜੇ ਤੁਸੀਂ ਅਕੋਰਡਿੰਗ ਟੂ ਲਾਅ ਦੇਖੋ ਨਾ, ਤੁਸੀਂ ਕਿਸੇ ਦੇ ਵੀ ਗੇਟ ਮੂਹਰੇ ਜਾ ਕੇ ਅਪੱਧਰ ਭਾਸ਼ਾ ਦਾ ਪ੍ਰਯੋਗ ਨਹੀਂ ਕਰ ਸਕਦੇ, ਉਹਨੂੰ ਧਮਕੀਆਂ ਥਰੈਟਿੰਗਸ ਨਹੀਂ ਦੇ ਸਕਦੇ। ਸੋ ਠੀਕ ਹੈ, ਪੰਜਾਬ ਸਰਕਾਰ ਨੇ ਵਧੀਆ ਕੀਤਾ, ਜੋ ਬੰਦਾ ਗੁੰਡਾਗਰਦੀ ਬਦਮਾਸ਼ੀ ਕਰੇਗਾ ਉਹਨੂੰ ਜਵਾਬ ਦੇਣਾ ਤਾਂ ਬਣਦਾ ਹੈ। ਆਮ ਆਦਮੀ ਪਾਰਟੀ ਬੈਠੀ ਹੈ, ਤੁਸੀਂ ਆਮ ਆਦਮੀ ਪਾਰਟੀ ਨਾਲ ਗੱਲ ਕਰੋ, ਸੀਐਮ ਸਾਹਿਬ ਦੇ ਕੋਠੀ ਜਾਓ, ਉੱਥੇ ਦੱਸੋ। ਪਰ ਤੁਸੀਂ ਤਾਂ ਲੋਕਾਂ ਦੇ ਵੀ ਹੱਦ ਆ ਵੀ ਐਸੇ ਬੰਦੇ ਨੂੰ ਮਗਰ ਲੱਗ ਗਏ ਤੁਸੀਂ, ਜਿਹੜੇ ਘਰਾਂ 'ਚ ਕਚਹਿਰੀਆਂ ਲਾਈ ਜਾ ਰਹੇ ਆ, ਉਹ ਕਚਹਿਰੀ ਲਾਉਂਦੇ ਲਾਉਂਦੇ ਉਹਨੇ ਕੱਲ੍ਹ ਨੂੰ ਪੁੱਛਾ ਦੇਣ ਲੱਗ ਜਾਣੀਆਂ ਨੇ ਲੱਖੇ ਸਿਧਾਣੇ ਨੇ ਤੇ ਭਾਨੇ ਨੇ, ਏਦਾਂ ਏਦਾਂ ਸਿਰ ਲਾ ਕੇ ਕਹਿਣਾ ਹੁਣ ਬਾਬੇ ਵੀ ਆ ਗਏ, ਚਲੋ ਬਈ ਜੈ ਬਾਬੇ ਆ ਗਏ, ਬਾਬੇ ਪੁੱਛਾਂ ਵਾਲੇ ਆਏ ਹੋਏ ਨੇ, ਏਦਾਂ ਪੁੱਛਾ ਦੇਣਗੇ। ਫਿਰ ਮੁੜ ਕੇ ਬੀਬੀਆਂ ਜਾਣਗੀਆਂ 10-10, 20-30, ਚਲੇ ਚਲੀ 50 ਰੁਪਏ ਕਰਦੇ ਕਰਦੇ 10,000 ਬਣ ਜਾਣਗੇ, ਫਿਰ ਪ੍ਰਵਚਨ ਦੇਣ ਵੀ ਸ਼ੁਰੂ ਲੱਗ ਜਾਣਗੇ, ਫਿਰ ਬਾਬੇ ਬਣ ਜਾਣਗੇ। ਸੋ ਬਾਬਿਆਂ ਦੀ ਜਿਹੜੀ ਸਟਾਰਟਿੰਗ ਹੁੰਦੀ ਹੈ ਨਾ, ਬਾਬਾ ਬਣਨ ਦੀ ਸਟਾਰਟਿੰਗ ਤੁਸੀਂ ਲੋਕ ਕਰਦੇ ਹੋ,
ਤੁਸੀਂ ਲੋਕ ਬਣਾਉਂਦੇ ਹੋ ਬਾਬਾ ਕੋਈ, ਬਾਬਾ ਮਾਂ ਦੀ ਕੁੱਖੋਂ ਨਹੀਂ ਪੈਦਾ ਹੁੰਦਾ। ਸੱਜਣਤਾ ਤੋਂ ਮੇਰੀ ਅਪੀਲ ਆ ਵੀ ਪਲੀਜ਼ ਇਦਾਂ ਦੇ ਕੰਮ ਛੱਡੋ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।